ਉਹ ਦਹਿਕ ਦੇ ਅੰਗਿਆਰਾਂ ਤੇ ਦਹਿਕ ਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਇਹ ਰਸਨਾਉਂਦੇ ਰਹੇ ਨੇ ਲੋਕ ਦਹਿਕ ਦੇ ਅੰਗਿਆਰਾਂ ਤੇ ਨਾ ਕਤਲ ਹੋਏ ਨਾ ਹੋਣਗੇ ਨਾ ਕਤਲ ਹੋਏ ਨਾ ਹੋਣਗੇ ਇਸ਼ਕ ਦੇ ਇਹ ਗੀਤ ਦਿੱਕਤ ਸਾਨੂੰ ਹੋਣੀ ਆ ਮਜ਼ਦੂਰਾਂ ਨੂੰ ਇਹ ਬਹੁਤ ਜ਼ਿਆਦਾ ਹੋਣੀ ਆ ਜਦੋਂ ਕਿਸਾਨਾਂ ਦਾ ਰੁਜ਼ਗਾਰ ਖੁੱਸ ਗਿਆ ਕਾਰਪੋਰੇਟ ਘਰਾਣਿਆਂ ਨੇ ਖੇਤ ਖਰੀਦ ਲਏ ਜੋ ਸਾਡੇ ਕਣਕ ਵੱਢਦੇ ਝੋਨਾ ਲਾਉਂਦੇ ਆ ਉਹ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਣਾ ਸਾਡੇ ਮਜ਼ਦੂਰਾਂ ਨੂੰ ਸਮਝ ਆ ਚੁੱਕੀ ਆ ਵੀ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਮਜ਼ਦੂਰਾਂ ਦੀ ਮਿਹਨਤਕਾਰਾਂ ਦੀ ਟਰਾਂਸਪੋਰਟਰਾਂ ਦੀ ਇਹ ਸਾਰਿਆਂ ਦੀ ਲੜਾਈ ਆ ਸਾਂਝੀ ਲੜਾਈ ਆ ਇਤਿਹਾਸਕ ਲੜਾਈ ਆ ਸਾਡੇ ਪਿੰਡ ਤੋਂ ਇੱਕ ਬੱਸ ਭਰ ਕੇ ਆਈ ਆ ਐਕਚੁਅਲੀ ਸਾਡੇ ਪਿੰਡ ਦੇ ਕਾਫੀ ਲੋਕ ਦਿੱਲੀ ਗਏ ਹੋਏ ਆ ਕਿਉਂਕਿ ਅਸੀਂ ਦਿੱਲੀ 'ਚ ਵੀ ਮੂਰਤਾਂ ਸੰਭਾਲਣਾ ਤੇ ਇੱਥੇ ਡਿਊਟੀ ਆ ਜਿਹੜੀ ਸਪੈਸ਼ਲੀ ਸਾਡੀ ਔਰਤਾਂ ਦੀ ਲੱਗੀ ਹੋਈ ਆ ਲੋਕਾਂ ਕੋ ਵਹਿਮ ਡਾਲ ਰਹੀ ਹੈ ਸਰਕਾਰ ਕੇ ਜੇ ਕਿਸਾਨੋਂ ਕੇ ਲਈ ਹੈ ਵਹਾਂ ਪੇ ਮਜ਼ਦੂਰ ਲੋਕ ਇੱਕ ਸਾਈਡ ਪੇ ਰਹਿ ਗਏ ਔਰ किसान है जो जिनके पास खेती है वो एक साइड पे रह गए उनमें ये बहम डाल दिया गया कि ये इनका काम है ये मजदूरों के लिए कुछ नहीं है मजदूरों की लड़ाई किसानों से भी बड़ी है अगर हमारे मजदूर लोग आगे नहीं उठे तो आने वाला समय उनको और नीचे लेकर जाएगा ये अभी मौका है कि अभी किसान मजदूर अभी गाँव में पंजाब में देखा जाए हरियाणा में यूपी में बिहार में जो लोग उठे हैं तो उसमें बड़ी गिनती पर मजदूर किसान एकजुट हो गए हैं असि रोटियां भी नहीं माफ करते भूखे रोटियां तो बिना ही भूखे भुख लगती नहीं हैगी सानू रातां नींद नहीं आउंदी इन्ना ही गुण गाई जांदे मादी मादी करी जांदे असि दिन रात सानू क्यों पागल बनाता सारा क्यों पागल कीता सानू क्यों पागल हो गए असि असि आरे काम करते सी असि आरे खेतियां करते सी असि आरे धंधे क्यों उठते सी आरे पुत धियां क्यों उठते सी अज उन्हां जोगे भी नहीं असि रहना जे साडे दौरे पई जांदे साडे ब्लड बदली जांदे आ वी किसान और मजदूर जब आपस में रल के लड़ेंगे तो ही हुकूमत को हरा सकते ਸਾਡੇ ਕੋਲ ਇਹੋ ਜਿਹੇ ਕੇਸ ਆ ਮੇਰੇ ਮੋਗੇ ਜ਼ਿਲ੍ਹੇ ਦੇ ਵਿੱਚ ਹੀ ਮੋਗੇ ਦੇ ਨਾਲ ਹੀ ਸਿੰਘਾਂ ਵਾਲਾ ਪਿੰਡ ਆ ਉਹ ਇੱਕ ਔਰਤ ਸੀਗੀ ਉਹਦੇ ਘਰ ਵਾਲਾ ਮਰ ਗਿਆ ਉਹਦੇ ਬਾਅਦ ਉਹਦੀਆਂ ਪੰਜ ਮੁੰਡੀਆਂ ਰਹਿ ਗਈਆਂ ਜਾਣੀ ਇਸ ਤਰ੍ਹਾਂ ਦੀ ਔਰਤ ਸੀਗੀ ਉਹਨੇ ਪਿੰਡੋਂ ਕਹਿ ਕੇ ਆਈ ਵੀ ਮੈਂ ਉਹ ਲੱਗੀ ਵੀ ਆ ਬਾਲਵਾੜੀ ਦੇ ਵਿੱਚ ਜਿਹੜਾ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਆ ਉਹ ਬਾਲਵਾੜੀ ਦਾ ਕਹਿ ਕੇ ਉਹ ਮੋਗੇ ਆ ਗਈ ਮੋਗੇ ਉਹਨੇ ਰੇਲ ਦੇ ਮੂਹਰੇ ਆ ਕੇ ਸਟੇਸ਼ਨ ਦੇ ਖੁਦਕਸ਼ੀ ਕਰ ਲਈ ਚੀਥੜੇ ਚੀਥੜੇ ਹੋ ਗਏ ਸਾਡੇ ਇੰਨੀ ਲੋਕ ਤੰਗ ਆ ਇਸ ਤਰ੍ਹਾਂ ਦੀ ਜਾਣੀ ਹਾਲਤ ਆ ਘਰਾਂ ਦੇ ਵਿੱਚ ਲੜਾਈ ਕਲੇਸ਼ ਮਜ਼ਦੂਰਾਂ ਦੇ ਇੰਨੇ ਵਧੇ ਪਏ ਆ ਇਹ ਹਾਲਤ ਆ ਸਾਡੀ ਮਜ਼ਦੂਰਾਂ ਦੀ ਜੇ ਦੇਖੋ ਹਮਾਰੇ ਬੱਚੋਂ ਕੀ ਖੇਡਣੇ ਕੀ ਉਮਰ ਮੈਂ ਸੋਚਣਾ ਪੜਤਾ ਵੀ ਹਮ ਪੈਸੋਂ ਕੇ ਲਈ ਯਾਰ ਕੰਮ ਕਰਨੇ ਜਾਏ ਬੇਟਾ ਸਾਡੇ ਜਿਹੜੇ ਬੱਚੇ ਆ ਨਾ ਬਈ ਮੰਡੀਆਂ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਮੰਡੀਆਂ ਬਣਦੀਆਂ ਗੇਹੂ ਲਾਦੇ ਆ ਗੱਡੀਆਂ ਦੇ ਉੱਤੇ ਬੋਰੀਆਂ ਬਾਹਰ ਲਾਦੇ ਆ ਨਾ ਸਾਡੇ ਬੱਚੇ ਆ ਜਿਹੜੇ ਜਾਣੀ 15-15 14-14 ਸਾਲ ਦਿਆਂ ਨੂੰ ਵੀ ਮਜ਼ਦੂਰੀ ਕਰਨੀ ਪੈਂਦੀ ਆ ਲੜਕੀਆਂ ਜਿਹੜੀਆਂ ਸਾਡੀਆਂ ਪੜ੍ਹਨ ਵਾਲੀਆਂ ਅਸੀਂ ਵਿਹਲੇ ਜਾਣ ਜਦੋਂ ਛੁੱਟੀਆਂ ਹੋ ਜਾਂਦੀਆਂ ਸਕੂਲਾਂ 'ਚੋਂ ਅਸੀਂ ਉਹਨਾਂ ਤੋਂ ਝੋਨਾ ਲਵਾਉਂਦੇ ਹਾਂ ਜਿਹੜੀਆਂ ਜੇ ਅਸੀਂ ਸਰਦੇ ਹੋਈਏ ਸਾਡੀਆਂ ਬੱਚੀਆਂ ਜਿਹੜੀਆਂ ਤੇਰੇ ਵਰਗੀਆਂ ਕੁੜੀਆਂ ਉਹ ਝੋਨਾ ਲਾਉਣ ਵਾਲੀਆਂ ਨਹੀਂ ਖੇਡਣ ਮੱਲਣ ਵਾਲੀ ਜਿਹੜੀ ਸਾਡੇ ਬੱਚਿਆਂ ਦੀ ਉਮਰ ਉਹ ਮਜ਼ਦੂਰੀ ਕਰਕੇ ਸਾਡੇ ਬੱਚੇ ਕੱਢ ਰਹੇ ਇਸ ਤਰ੍ਹਾਂ ਦੇ ਬੱਚੇ ਆ ਖੜਾ ਰੁੱਕਿਆ भी एक हिस्सा है जो थोड़ी थोड़ी बात पे ऐसा गांव में हो जाता है भी अदालतों का बाइकाट कर दो भी इन्होंने मजदूरी बद मांग ली तो जो ग्राहक यूनियन है जे इसका विरोध करती है उन लोगों का विरोध करती है जो कास्टिज्म को बढ़ावा देते हैं तो ऐसे में सांझ पड़ती है तो लड़ाई तो है लड़ाई तो बहुत बड़ी है कानूनों की लड़ाई से भी बहुत बड़ी लड़ाई है जो दलितों की है जो मजदूरों की है और मजदूरों ने अभी उतना जत्थेबंद होना है जैसे आज की रैली थी इसके सीखना है भी ऐसे हम भी इकट्ठे होंगे मजदूरों को भी इकट्ठे होना पड़ेगा यदि इनसे सीख के जाएंगे आज के गोल्स की भी ऐसे सांझ पड़ेगी आप मजबूत होंगे तो दूजे जो कैटेगरी हैं वो साथ देंगी